हां ਵੀ ਮਿੱਤਰੋ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਮੈਤ ਘੋੜੀ ਬੁਖਾਰ ਰਹੇ ਹਾਂ ਜਿਹੜੀ ਬਕਾਊਆ ਪਿੰਡ ਅਮਲਾ ਸਿੰਘ ਵਾਲੇ ਸਤਵੀਰ ਸਿੰਘ ਜੀ ਦੇ ਕੋਲੇ ਇਹ ਜਿਹੜਾ ਅਮਲਾ ਸਿੰਘ ਵਾਲਾ ਪਿੰਡ ਆ ਬਰਨਾਲੇ ਏਰੀਏ ਦਾ ਪਿੰਡ ਆ ਦੋਸਤੋ ਬਰਨਾਲੇ ਤੋਂ ਜਦੋਂ ਆਪਾਂ ਰਾਏਕੋਟ ਰੋਡ ਨੂੰ ਜਾਂਦੇ ਆ ਬਰਨਾਲੇ ਤੋਂ ਤਕਰੀਬਨ 8-10 ਕਿਲੋਮੀਟਰ ਦੂਰ ਪਿੰਡ ਪੈ ਜਾਂਦਾ ਇਹ ਮੇਨ ਹਾਈਵੇ ਦੇ ਉੱਤੇ ਹੀ ਆ ਪਿੰਡ ਉੱਥੇ ਸਤਵੀਰ ਸਿੰਘ ਜੀ ਦੇ ਕੋਲੇ ਬਿਕਾਊ ਐ ਇਹ ਘੋੜੀ ਘੋੜੀ ਦੀ ਜਿਹੜੀ ਉਮਰ ਆ 8 ਸਾਲ ਤੇ ਕਾਦੇ ਦਾ 61 ਇੰਚ ਬਾਲ ਪੌਰੀਆਂ ਦੀ ਘੋੜੀ ਬਿਲਕੁਲ ਕਲੀਅਰ ਆ ਮੌਕੇ ਤੇ ਘੋੜੀ ਖਾਲੀ ਆ ਬਾਕੀ ਅੰਦਰ ਦੀ ਸਾਫ ਆ ਪਹਿਲਾਂ ਇਹਨੇ ਜਿਹੜੇ ਸੂਏ ਦਿੱਤੇ ਆਗੇ ਚੰਗੇ ਬੱਚੇ ਦਿੱਤੇ ਆ ਤਕਰੀਬਨ ਅੱਜ ਤੋਂ ਇਹ 6-7 ਮਹੀਨੇ ਪਹਿਲਾਂ ਘੋੜੀ ਨੇ ਲਾਸਟ ਬੱਚਾ ਦਿੱਤਾ ਸੀ ਤੇ ਉਸ ਤੋਂ ਬਾਅਦ ਵੀਰ ਹੋਣਾ ਨਹੀਂ ਘੋੜੀ ਮੇਟਣੀ ਕਰਾਈ ਤੇ ਹੁਣ ਅੰਦਰ ਦੀ ਘੋੜੀ ਸਾਫ ਆ ਜਦੋਂ ਮਰਜੀ ਤੁਸੀਂ ਡਾਕਟਰ ਤੋਂ ਤਸੱਲੀ ਕਰਵਾ ਕੇ ਚੈੱਕ ਕਰਵਾ ਕੇ ਘੋੜੀ ਖਰੀਦ ਸਕਦੇ ਹੋ ਘੋੜੀ ਬਣਤਰਾਂ ਦੀ ਬੜੀ ਚੰਗੀ ਆ ਬਾਡੀ ਦੀ ਖੁੱਲੀ ਆ ਹਾਂ ਥੋੜੀ ਜੀ ਲੱਸੀ ਜ਼ਰੂਰ ਆ ਘੋੜੀ ਪਰ ਜਦੋਂ ਇਹਦੇ ਚ ਖਰਾਕ ਦੇ ਨਾਲ ਵਜਣ ਪੈ ਗਿਆ ਘੋੜੀ ਨੇ ਹੋਰ ਵੀ ਤਿਆਰ ਹੋ ਜਾਣਾ ਤੇ ਬਣਤਰਾਂ ਤੁਸੀਂ ਦੇਖ ਸਕਦੇ ਹੋ ਪਿਓਰ ਮਾਰਵਾੜੀ ਘੋੜੀ ਵਾਲੀਆਂ ਬਣਤਰਾਂ ਨੇ ਇਹਦੀਆਂ ਧੌਣ ਧੂਣ ਵੀ ਲੰਮੀਆਂ ਪੁੜਾ ਬਹੁਤ ਚੌੜਾ ਤੇ ਖੁੱਲਾਗਾ ਆ ਤੁਹਾਨੂੰ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਜਾਣਾ ਪੜਾ ਚੰਗਾ ਘੋੜੀ ਦਾ ਬਾਕੀ ਮਾਰਕੇ ਦੇ ਪੱਖ ਤੋਂ ਬੜੀ ਸੋਹਣੀ ਆ ਪ੍ਰੋਪਰ ਬਲੇਜ ਆ ਮੱਥੇ ਉੱਤੇ ਤੇ ਚਾਰੇ ਪੈਰ ਇਹਦੇ ਕਾਲੇ ਆ ਇਹ ਘੋੜੀ ਦਾ ਜਿਹੜਾ ਰੇਟ ਆ 1,40,000 ਰੁਪਿਆ ਸਤਵੀਰ ਸਿੰਘ ਜੀ ਨੇ ਡਿਮਾਂਡ ਰੱਖੀ ਆ ਬਾਕੀ ਤੁਸੀਂ ਇਹਨਾਂ ਦੇ ਘਰੇ ਜਾ ਕੇ ਪਿੰਡਾ ਮਲਾ ਸਿੰਘ ਵਾਲੇ ਘੋੜੀ ਦੇਖ ਕੇ ਐਨ ਨਿਰਖ ਪਰਖ ਨਾਲ ਖਰੀਦ ਸਕਦੇ ਹੋ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਘੋੜੀ ਦੇ ਵਿੱਚ ਚਾਲਾਂ ਜੀਆਂ ਕਾਫੀ ਨੇ ਵੈਸੇ ਮੈਨੂੰ ਤਾਂ ਬਾਲਾ ਆ ਜਿਹੜੀ ਚਾਲ ਤੁਰੀ ਫਿਰਦੀ ਆ ਇੱਥੇ ਘੋੜੀ ਹੁਣ ਇਹਦਾ ਪਤਾ ਨਹੀਂ ਵੀ ਕੀ ਨਾਂ ਲੈਂਦੇ ਆ ਪਰ ਤਿੰਨ ਚਾਰ ਚਾਲਾਂ ਜੀਆਂ ਘੋੜੀ ਇਹ ਤੁਰਦੀ ਆ ਤੇ ਸੋਹਣੀ ਸਵਾਰੀ ਕਰਾਉਂਦੀ ਆ ਜਿਵੇਂ ਆਮ ਰਾਜਸਥਾਨ ਦੇ ਵਿੱਚ ਆਪਾਂ ਨੂੰ ਪਤਾ ਵੀ ਘੋੜੀਆਂ ਨੂੰ ਜ਼ਿਆਦਾ ਤੋਰਦੇ ਆ ਚਾਲਾਂ ਚੁੱਲਾਂ ਬਾਵਾ ਪਾਉਂਦੇ ਆਪਣੇ ਪੰਜਾਬ ਵਾਲੇ ਤਾਂ ਘੱਟ ਹੀ ਜੋਰ ਲਾਉਂਦੇ ਆ ਇਸ ਗੱਲ ਤੇ ਚੜਦੇ ਚੁੜਦੇ ਘੱਟ ਆ ਪਰ ਇਹ ਘੋੜੀ ਉਧਰ ਰਾਜਸਥਾਨ ਵਾਲੇ ਪਾਸਿਓਂ ਆਈ ਕਰਕੇ ਇਹਦੇ ਵਿੱਚ ਚਾਲਾਂ ਚੁੱਲਾਂ ਕਾਫੀ ਨੇ ਕਈ ਤਰ੍ਹਾਂ ਦੀਆਂ ਚਾਲਾਂ ਇਹ ਤੁਰਦੀ ਆ। ਆ ਮੱਥੇ ਉੱਤੇ ਬਲੇਜ ਜੀ ਤੁਸੀਂ ਦੇਖ ਸਕਦੇ ਹੋ। ਪ੍ਰੋਪਰ ਬਲੇਜ ਬਣਿਆ ਹੋਇਆ ਤੇ ਛੋਟੇ ਕੰਨ ਜੁੜਮਾ ਕੰਨਾਂ ਦਾ ਘੋੜੀ ਦਾ। ਰੰਗ ਵੀ ਬੜਾ ਸਾਫ ਸੁਥਰਾ ਤੇ ਪਿਆਰਾਗਾ। ਸੋ ਸਤਵੀਰ ਸਿੰਘ ਜੀ ਨੂੰ ਤੁਸੀਂ ਫੋਨ ਲਾ ਲਿਓ ਜਿਨ੍ਹਾਂ ਨੇ ਘੋੜੀ ਖਰੀਦਣੀ ਹੋਈ। ਕੰਟੈਕਟ ਨੰਬਰ ਮੈਂ ਤੁਹਾਨੂੰ ਦੱਸ ਦਿੰਨਾ। 9815508704। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਤਵੀਰ ਸਿੰਘ ਜੀ ਨਾਲ ਗੱਲ ਕਰਕੇ ਘੋੜੀ ਦਾ ਸੌਦਾ ਤੈਅ ਕਰ ਸਕਦੇ ਹੋ ਜਿੰਨਾਂ ਨੂੰ ਪਸੰਦ ਆਉਂਦੀ ਆ ਘੋੜੀ ਦਾ ਰੇਟ 1,40,000 ਰੁਪਿਆ ਮੁੱਲ ਰੱਖਿਆ ਗਿਆ ਬਾਕੀ ਮੌਕੇ ਤੇ ਐਡਜਸਟਮੈਂਟ ਹੋ ਜੂਗੀ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ ਫੇਸਬੁਕ ਪੇਜ ਪਿੰਡੂ ਜ਼ਿਮੀਦਾਰ ਨੂੰ ਫੋਲੋ ਤੇ ਸ਼ੇਅਰ ਕਰਦਿਆ ਕਰੋ ਤਾਂ ਕਿ ਜੜੀਆਂ ਵੀ ਆਪਾਂ ਖਰੀਦ-ਵੇਚ ਵਾਲੇ ਜਾਨਵਰਾਂ ਦੀਆਂ ਵੀਡੀਓਜ਼ ਪਾਉਣੇ ਆ ਜਾਂ ਤੁਹਾਨੂੰ ਚੰਗੇ ਫਾਰਮਾਂ ਦੇ ਘੋੜੇ ਦਿਖਾਉਣੇ ਆ ਉਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ